ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਿੰਗਾਈ ਭੱਤੇ ਵਿੱਚ 4% ਦੀ ਵਾਅਦੇ ਦਾ ਐਲਾਨ ਕਰ ਦਿੱਤਾ ਹੈ ਕੱਲ ਪੰਜਾਬ ਭਵਨ ਦੇ ਵਿੱਚ ਮੁਲਾਜ਼ਮਾਂ ਦੇ ਨਾਲ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਹੈ ਤੇ ਮੁਲਾਜ਼ਮਾਂ ਦੀ ਭਲਾਈ ਦੇ ਲਈ ਵਚਨਬੱਧਤਾ ਦੁਹਰਾਈ ਹੈ ਪਰ ਸੂਬੇ ਦੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਨੇ ਸਰਕਾਰ ਦੇ 4% ਦੀ ਡੀਏ ਨੂੰ ਨਕਾਰ ਦਿੱਤਾ ਹੈ ਵਾਅਦੇ ਨੂੰ ਕੋਝਾ ਮਜ਼ਾਕ ਦੱਸਿਆ ਕਿਹਾ ਗਵਾਂਡੀ ਸੂਬਿਆਂ ਦੀਆਂ ਸਰਕਾਰਾਂ ਤਾਂ 46% ਦੀ ਡੀਏ ਦੇ ਰਹੀਆਂ ਨੇ ਜਦ ਕਿ ਮੈਨਸਟੀਰੀਅਲ ਸਰਵਿਸ ਯੂਨੀਅਨ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੇ ਇਸ ਐਲਾਨ ਤੇ ਸੰਤੁਸ਼ਟੀ ਪ੍ਰਗਟਾਈ ਜਿਸ ਨਾਲ 40 ਦਿਨਾਂ ਤੋਂ ਚੱਲ ਰਹੀ ਹੜਤਾਲ ਪੂਰੇ ਪੰਜਾਬ ਦੇ ਵਿੱਚ ਮੁੱਕ ਗਈ ਹੈ ਯੂਨੀਅਨ ਦੇ ਨੁਮਾਇੰਦਿਆਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ 4% ਦੀ ਡੀਏ ਵਧਾਉਣ ਦਾ ਤਾਂ ਤੁਰੰਤ ਐਲਾਨ ਕਰ ਦਿੱਤਾ ਹੈ ਬਾਕੀ ਵੀ ਛੇਤੀ ਜਾਰੀ ਕਰਨ ਦਾ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਤੇ ਹੋਰ ਮੰਗਾਂ ਵੀ ਮੰਨ ਲਈਆਂ ਜਾਣਗੀਆਂ ਦਿੱਲੀ ਦੇ ਸ਼ਰਾਬ ਘਟਾਲਾ ਮਾਮਲੇ ਵਿੱਚ ED ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੂਜੀ ਵਾਰੀ ਸੱਮਨ ਭੇਜਿਆ ਹੈ ਪਰਸੋਂ ਯਾਨੀ ਕਿ 21 ਨਵੰਬਰ ਨੂੰ ਬੁਲਾਇਆ ਹੈ ਇਸ ਤੋਂ ਪਹਿਲਾਂ 2 ਨਵੰਬਰ ਨੂੰ ਵੀ ਪੇਸ਼ ਹੋਣ ਲਈ ਨੋਟਿਸ ਭੇਜਿਆ ਸੀ ਪਰ ਅਰਵਿੰਦ ਕੇਜਰੀਵਾਲ ਨਹੀਂ ਪਹੁੰਚੇ ਸਨ ਕੇਜਰੀਵਾਲ ਨੇ ਨੋਟਿਸ ਨੂੰ ਗੈਰ ਕਾਨੂੰਨੀ ਦੱਸ ਕੇ ਵਾਪਸ ਲੈਣ ਦੀ ਮੰਗ ਕੀਤੀ ਸੀ ਅਰਵਿੰਦ ਕੇਜਰੀਵਾਲ ਨੂੰ ਨੋਟਿਸ ਮਿਲਣ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਹੜਕੰਪ ਮਚ ਗਿਆ ਹੈ ਆਪਕਾਰੀ ਵਿਭਾਗ ਦੇ ਅਧਿਕਾਰੀ ਜੋ ਪਹਿਲਾਂ ਹੀ ਜਾਂਚ ਦੇ ਘੇਰੇ ਵਿੱਚ ਹਨ ਅਤੇ ਉਹਨਾਂ ਤੋਂ ਪੁੱਛਗਿੱਛ ਕਰਨ ਤੋਂ ਇਲਾਵਾ ਦੋ ਸੀਨੀਅਰ ਆਈਐਸ ਅਧਿਕਾਰੀਆ ਐਡੀਸ਼ਨਲ ਚੀਫ ਸਕੱਟਰੀ ਕੇਪੀ ਸਨਹਾ ਤੇ ਸੂਬੇ ਦੇ ਪ੍ਰਮੁੱਖ ਸਖਤਰ ਪਦਰ ਦੇ ਅਧਿਕਾਰੀ ਵਰਨ ਰੂਜ਼ਮ ਵਿਰੁੱਧ ਕਾਰਵਾਈ ਲਈ ਕੇਂਦਰ ਵੱਲੋਂ 17ਏ ਅਧੀਨ ਪਰਵਾਨਗੀ ਵੀ ਮੰਗੀ ਗਈ ਸੀ ਦੋਵੇਂ ਅਧਿਕਾਰੀ ਦਿੱਲੀ ਦੀ ਵਿਵਾਦਿਤ ਆਪਕਾਰੀ ਨੀਤੀ ਨੂੰ ਪੰਜਾਬ ਵਿੱਚ ਅਪਣਾਉਣ ਮੌਕੇ ਵਿਭਾਗ ਦੇ ਮੁਖੀ ਸਨ ਇਨ੍ਹਾਂ ਦੋਵਾਂ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਦੀ ਸੰਭਾਵਨਾ ਹੈ ਪਰ ਸਰਕਾਰ ਵਿੱਚ ਪਾਲਿਸੀ ਬਣਾਉਣ ਲਈ ਮੁੱਖ ਮੰਤਰੀ ਤੇ ਮੰਤਰੀ ਪੱਧਰ ਦੇ ਰੋਲ ਸੰਬੰਧੀ ਜਾਂਚ ਏਜੰਸੀਆਂ ਵੱਲੋਂ ਕਾਰਵਾਈ ਹੋਣੀ ਬਾਕੀ ਹੈ ਕਿਉਂਕਿ ਅਫਸਰ شاہੀ ਦਾ ਇਹ ਹੀ ਕਹਿਣਾ ਸੀ ਕਿ ਉਹਨਾਂ ਵੱਲੋਂ ਤਾਂ ਕੇਵਲ ਮੰਤਰੀ ਮੰਡਲ ਵੱਲੋਂ ਅਪਣਾਈ ਹਾਈ ਪਾਲਿਸੀ ਨੂੰ ਹੀ ਲਾਗੂ ਕੀਤਾ ਗਿਆ ਸੀ ਹੁਣ ਦੇਖਣਾ ਹੋਏਗਾ ਕਿ ਅਰਵਿੰਦ ਕੇਜਰੀਵਾਲ 21 ਨਵੰਬਰ ਨੂੰ ਈਡੀ ਮੂਰੇ ਪੇਸ਼ ਹੁੰਦੇ ਨੇ ਜਾਂ ਫਿਰ ਨਹੀਂ ਭਾਰਤੀ ਸੰਸਦ ਦੇ ਇਤਿਹਾਸ ਵਿੱਚ ਪਹਿਲੀ ਵਾਰ 21 ਦਿਨ 78 MPs ਨੂੰ ਮੁਅਤਲ ਕੀਤਾ ਗਿਆ ਤੇ ਹੁਣ ਤੱਕ ਕੁੱਲ 92 ਮੈਂਬਰ ਸਸਪੈਂਡ ਕੀਤੇ ਜਾ ਚੁੱਕੇ ਨੇ ਇਸ ਸਰਦ ਰੁੱਤ اجلاس ਦੇ ਵਿੱਚ ਲੋਕ ਸਭਾ ਦੇ 3 ਤੇ ਰਾਜ ਸਭਾ ਦੇ 11 ਮੈਂਬਰਾਂ ਦਾ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ ਲੋਕ ਸਭਾ ਦੇ ਵਿੱਚ ਪੰਜਾਬ ਦੇ MP ਅਮਰ ਸਿੰਘ ਅਤੇ ਅਧਿਰਨਜਨ ਚੌਧਰੀ ਸਮੇਤ 33 ਜਣੇ ਮੁਅਤਲ ਕੀਤੇ ਗਏ ਨੇ ਤੇ ਰਾਜ ਸਭਾ ਦੇ 45 ਸੰਸਦ ਮੈਂਬਰਾਂ ਨੂੰ ਰੈਂਦੇ اجلاس ਦੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ ਇਸ ਦੇ ਖਿਲਾਫ ਵਿਰੋਧੀ ਧਿਰਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਗਿਆ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਭਾਰਤ ਦੇ ਸਭ ਤੋਂ ਵੱਡੇ ਵਿਰੋਧੀ ਗੱਠਜੋੜ ਇੰਡੀਆ ਦੀ ਅੱਜ ਅਹਿਮ ਮੀਟਿੰਗ ਹੋਵੇਗੀ ਸੀਟਾਂ ਦੀ ਵੰਡ ਤੇ ਨਵੇਂ ਸਿਰੇ ਤੋਂ ਰਣਨੀਤੀ ਘੜਨ ਤੇ ਚਰਚਾ ਹੋਵੇਗੀ ਮੀਟਿੰਗ ਦੇ ਲਈ ਕਈ ਪਾਰਟੀਆਂ ਦੇ ਵੱਡੇ ਲੀਡਰ ਕੱਲ ਹੀ ਦਿੱਲੀ ਪਹੁੰਚ ਗਏ ਸਨ ਲਾਲੂ ਪ੍ਰਸਾਦ ਯਾਦਵ ਨੇ ਦਾਵਾ ਕੀਤਾ ਹੈ ਕਿ ਇੰਡੀਆ ਗੱਠਜੋੜ ਮੋਦੀ ਨੂੰ ਸੱਤਾ ਤੋਂ ਲਾਂਬੇ ਕਰੂਗਾ ਭਾਰਤੀ ਸਿਹਤ ਮੰਤਰਾਲੇ ਨੇ ਨਾਗਰਿਕਾਂ ਨੂੰ ਅਲਰਟ ਜਾਰੀ ਕੀਤਾ ਹੈ ਕਿ ਕਰੋਨਾ ਮੁਰਦ ਤੋਂ ਭਾਰਤ ਵਿੱਚ ਨਵੇਂ ਰੂਪ ਚ ਦਾਖਲ ਹੋ ਗਿਆ ਹੈ ਇਸ ਦਾ ਨਵਾਂ ਸਬ ਵੇਰੀਐਂਟ ਜੀ ਐਨ 1 ਮਿਲਿਆ ਹੈ ਇਸ ਦੇ ਨਾਲ 17 ਦਸੰਬਰ ਨੂੰ 4 ਲੋਕਾਂ ਦੀ ਕੇਰਲਾ ਵਿੱਚ ਜਾਨ ਚਲੀ ਗਈ ਯੂਪੀ ਦੇ ਵਿੱਚ ਇੱਕ ਜਾਨ ਚਲੀ ਗਈ ਅੱਜਵਾਰ ਨੂੰ 355 ਨਵੇਂ ਕੋਵਿਡ-19 ਦੇ ਕੇਸ ਦਰਜ ਕੀਤੇ ਗਏ ਨੇ ਐਕਟਿਵ ਕੇਸਾਂ ਦੀ ਗਿਣਤੀ ਪੂਰੇ ਭਾਰਤ ਵਿੱਚ 1701 ਪਹੁੰਚ ਗਈ ਹੈ ਹਾਲਾਂਕਿ ਕੇਰਲਾ ਦੇ ਸਿਹਤ ਮੰਤਰੀ ਵੀਨਾ ਜੋਰਜ ਨੇ ਕਿਹਾ ਕਿ ਚਿੰਤਾ ਦੀ ਗੱਲ ਨਹੀਂ ਹੈ ਲਗਾਤਾਰ ਅਸੀਂ ਦੇਖ ਰਹੇ ਹਾਂ ਕਰਨਾਟਕਾ ਦੀ ਸਰਕਾਰ ਨੇ ਤਾਂ 60 ਸਾਲ ਤੋਂ ਵੱਧ ਉਮਰ ਵਾਲਿਆਂ ਦੇ ਲਈ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ ਜਿਹੜੇ ਖੰਗ ਬਲਗਮ ਤੇ ਬੁਖਾਰ ਸਣੇ ਹੋਰ ਬਿਮਾਰੀਆਂ ਤੋਂ ਪੀੜਤ ਨੇ 60 ਸਾਲ ਤੋਂ ਵੱਧ ਉਮਰ ਹੈ ਉਹਨਾਂ ਨੂੰ ਉਹਨਾਂ ਨੂੰ ਲਾਜ਼ਮੀ ਤੌਰ ਤੇ ਮਾਸਕ ਪਹਿਨਣਾ ਹੀ ਪਊਗਾ ਕਰਨਾਟਕਾ ਦੀ ਸਰਕਾਰ ਨੇ ਗਵਾਂਡੀ ਸੂਬੇ ਕੇਰਲਾ ਦੇ ਵਿੱਚ ਕੋਰੋਨਾ ਦਾ ਨਵਾਂ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇੱਕ ਕਦਮ ਚੁੱਕਿਆ ਹੈ ਫਿਸ਼ਲੇ ਦਿਨੀ ਸੰਸਦ ਦੀ ਸੁਰੱਖਿਆ ਵਿੱਚ ਸਨ ਲੱਗਣ ਦੇ ਮਾਮਲੇ ਵਿੱਚ ਇੱਕ ਹੋਰ ਪਟੀਸ਼ਨ ਸੁਪਰੀਮ ਕੋਰਟ 'ਚ ਪਹੁੰਚੀ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਹੇਠ ਜਾਂਚ ਕਰਵਾਈ ਜਾਵੇ ਦਿੱਲੀ ਪੁਲਿਸ ਇਸ ਮਾਮਲੇ ਵਿੱਚ ਲਗਾਤਾਰ ਜਾਂਚ ਕਰ ਰਹੀ ਹੈ ਮੈਟਾ ਨੂੰ ਚਿੱਠੀ ਲਿਖ ਕੇ ਇਸ ਮਾਮਲੇ ਵਿੱਚ ਗ੍ਰਿਫਤਾਰ 6 ਜਣਿਆਂ ਦੇ ਸੋਸ਼ਲ ਮੀਡੀਆ ਖਾਤਿਆਂ ਤੱਕ ਪਹੁੰਚ ਦਿੱਲੀ ਪੁਲਿਸ ਨੇ ਮੰਗੀ ਹੈ ਤੇ ਡਿਲੀਟ ਕੀਤੇ ਗਏ ਫੇਸਬੁੱਕ ਪੇਜ ਭਗਤ ਸਿੰਘ ਫੈਨ ਕਲੱਬ ਦੇ ਵੇਰਵੇ ਵੀ ਮੰਗੇ ਗਏ ਨੇ ਜਿੱਥੋਂ ਇਹ ਸਾਰੇ ਜਣੇ ਇੱਕ ਦੂਸਰੇ ਦੇ ਸੰਪਰਕ ਵਿੱਚ ਆਏ ਸਨ ਦਿੱਲੀ ਪੁਲਿਸ ਦੀ 3 ਮੈਂਬਰੀ ਵਿਸ਼ੇਸ਼ ਟੀਮ ਕੋਲਕਾਤਾ ਤੇ ਬੰਗਾਲ ਦੇ ਵਿੱਚ ਉਹਨਾਂ ਕਈ ਥਾਵਾਂ ਤੇ ਕੱਲ ਗਈ ਜਿੱਥੇ ਮੁਲਜ਼ਮ ਲਲਿਤ ਮੋਹਨ ਝਾਰ ਰੁਕਿਆ ਸੀ ਤੇ ਉਸਦੇ ਉੱਥੇ ਸੰਪਰਕ ਬਣੇ ਸੀ ਦਿੱਲੀ ਪੁਲਿਸ ਨੇ ਇਹਨਾਂ ਸਾਰੇ ਨੌਜਵਾਨਾਂ ਦੇ ਖਿਲਾਫ ਯੂਪੀਏ ਤਹਿਤ ਕੇਸ ਦਰਜ ਕੀਤੇ ਨੇ ਜਿਸ ਦੇ ਖਿਲਾਫ ਕੱਲ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਦੇ ਵਿੱਚ ਵਿਦਿਆਰਥੀਆਂ ਨੇ ਪੂਰੇ ਸੂਬੇ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਤੇ ਕੇਸ ਰੱਦ ਕਰਨ ਦੀ ਮੰਗ ਕੀਤੀ ਕੱਲ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ 2 ਸਾਲ ਪਹਿਲਾਂ 18 ਦਸੰਬਰ 2021 ਨੂੰ ਵਾਪਰੀ ਬੇਅਦਬੀ ਦੀ ਕੋਸ਼ਿਸ਼ ਦੀ ਜਿਹੜੀ ਘਟਨਾ ਸੀ ਉਸ ਦੇ ਦੋਸ਼ੀ ਦਾ ਹਾਲੇ ਤੱਕ ਥੋਪ ਪਤਾ ਨਾ ਲੱਗਣ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸਰਕਾਰ ਨੂੰ ਤਾੜਨਾ ਪਾਉਂਦਿਆਂ ਕਿਹਾ ਕਿ ਸੰਸਦ ਦੇ ਅੰਦਰ ਧੂਆਂ ਬੰਬ ਸੁੱਟਣ ਵਾਲੇ ਮulzban ਦੇ ਤੱਕ ਘਰਾਂ ਤੱਕ ਵੀ ਪੁਲਿਸ ਉਸੇ ਦਿਨ ਹੀ ਪਹੁੰਚ ਗਈ ਸੀ ਜਦਕਿ 2 ਸਾਲਾਂ ਬਾਅਦ ਵੀ ਬੇਅਦਬੀ ਦੇ ਦੋਸ਼ੀਆਂ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ ਜਿਹੜੀ ਕਿ ਸਿੱਖਾਂ ਦੇ ਨਾਲ ਵੱਡੀ ਬੇਇਨਸਾਫੀ ਹੈ ਡਰੱਗ ਕੇਸ ਵਿੱਚ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਤੋਂ ਕੱਲ ਪੂਰੇ 7 ਘੰਟੇ ਪੁੱਛ ਪੜਤਾਲ ਕੀਤੀ ਗਈ ਬਾਹਰ ਆ ਕੇ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕੀਤਾ ਤੇ ਕਿਹਾ ਕਿ ਪੰਜਾਬ ਦੀ ਧੀ ਦੀ ਆਵਾਜ਼ بلند ਕਰਨ ਦੀ ਮੁੱਖ ਮੰਤਰੀ ਨੇ ਖੁੰਦ ਕੱਢੀ ਪਰ ਮਜੀਠੀਆ ਚੁੱਪ ਨਹੀਂ ਰਹਿਣਗੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਲੋਕ ਭਲਾਈ ਦੀ ਥਾਂ ਨਿੱਜੀ ਚਿੱਕੜ ਉਛਾਲਣ ਵੱਲ ਤੁਰ ਪਈ ਹੈ ਪੰਜਾਬ ਦੀ ਭਲਾਈ ਦੇ ਮੁੱਦੇ ਤੇ ਸਿੱਧੂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੈਪਟਨ ਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਨਾਲ ਉਹਨਾਂ ਦੀ ਲੜਾਈ ਹੋਈ ਹੈ ਕਿਉਂਕਿ ਉਹ ਪੰਜਾਬ ਦਾ ਨਹੀਂ ਬਲਕਿ ਆਪਣੇ ਨਿੱਜੀ ਹਿੱਤਾਂ ਬਾਰੇ ਸੋਚਦੇ ਸਨ ਯਾਨੀ ਕਿ ਨਵਜੋਤ ਸਿੰਘ ਸਿੱਧੂ ਨੇ ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਆਪਣੀ ਨੀ ਪਾਰਟੀ ਦੇ ਲੀਡਰਾਂ ਦੀ ਵੀ ਆਲੋਚਨਾ ਕੀਤੀ ਸੱਤਾਧਿਰ ਤੇ ਇਲਜ਼ਾਮ ਲਾਇਆ ਕਿ ਪੰਜਾਬ ਦਾ ਸਾਰਾ ਪੈਸਾ ਵਿਆਜ ਅਦਾ ਕਰਨ ਤੇ ਹੀ ਖਰਚ ਦਿੱਤਾ ਗਿਆ ਬਾਲੀਵੁੱਡ ਦੀ ਸੁਪਰ ਡੂਪਰ ਹਿੱਟ ਫਿਲਮ ਐਨੀਮਲ ਦੇ ਗੀਤ ਅਰਜਨ ਵੈਲੀ ਨੂੰ ਲੈ ਕੇ ਪਟਿਆਲਾ ਤੋਂ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਹੈ ਪੰਜਾਬੀ ਗਾਇਕ ਗੁਰਮੀਤ ਸਿੰਘ ਮੀਤ ਨੇ ਦਾਵਾ ਕੀਤਾ ਹੈ ਕਿ ਇਹ ਗੀਤ ਗੀਤਕਾਰ ਦੇਵ ਤਰੀਕੇ ਵਾਲੇ ਨੇ 2015 ਵਿੱਚ ਲਿਖਿਆ ਸੀ ਤੇ ਇਸ ਨੂੰ ਆਪਣੀ ਐਲਬਮ ਬੁਰੀ ਹੁੰਦੀ ਆ ਵਿੱਚ ਰਿਲੀਜ਼ ਕੀਤਾ ਸੀ ਤੇ ਹੁਣ T ਸੀਰੀਜ਼ ਕੰਪਨੀ ਨੇ ਉਸ ਦੇ ਗੀਤ ਦੇ ਕੁਝ ਹਿੱਸਿਆਂ ਨੂੰ ਤੋੜ ਮੋੜ ਕੇ ਫਿਲਮ ਐਨੀਮਲ ਦੇ ਵਿੱਚ ਵਰਤ ਲਿਆ ਹੈ। ਉਹਨਾਂ T ਸੀਰੀਜ਼ ਕੰਪਨੀ ਤੇ ਗਾਇਕ ਭੁਪਿੰਦਰ ਬੱਬਲ ਨੂੰ ਬਿਨਾਂ ਇਜਾਜ਼ਤ ਉਹਨਾਂ ਦੇ ਗੀਤ ਦੀ ਵਰਤੋਂ ਕਰਨ ਤੇ ਨੋਟਿਸ ਭੇਜਿਆ ਹੈ। ਭਾਰਤੀ ਸੰਸਦ ਤੋਂ ਇਲਾਵਾ ਹਰਿਆਣਾ ਦੇ ਵਿੱਚ ਵੀ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਚੱਲ ਰਿਹਾ ਹੈ। ਲਗਾਤਾਰ ਹੰਗਾਮਾ ਚੱਲ ਰਿਹਾ ਹੈ ਸਰਕਾਰੀ ਨੌਕਰੀਆਂ ਵਿੱਚ ਗੜਬੜ ਦੇ ਦੋਸ਼ਾਂ ਤੇ ਕੱਲ ਹੰਗਾਮਾ ਹੋਇਆ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਗੀਤਾ ਤੇ ਹੱਥ ਰੱਖ ਕੇ ਸੌਂ ਚੁੱਕੀ ਤੇ ਜੀਂਦ ਵਿੱਚ ਪ੍ਰਿੰਸੀਪਲ ਵੱਲੋਂ ਵਿਦਿਆਰਥਣਾਂ ਨਾਲ ਛੇੜਛਾੜ ਦਾ ਮਾਮਲਾ ਮੋੜ ਵਿਧਾਨ ਸਭਾ 'ਚ ਗੂੰਜਿਆ